ਜੀ ਨਾਜ਼ਰੀਨ ਅਸਾ ਮੌਜੂਦ ਹੈ ਦਰਿਆ ਸਿੰਧ ਦੇ ਬੇਟ ਦੇ ਇਲਾਕੇ ਦੇ ਵਿੱਚ ਮੋਜ਼ਾ ਫੈਜ਼ਾਬਾਦ ਤਹਿਸੀਲ ਵਾ ਜ਼ਿਲਾ ਰਹੀਮ یار ਖਾਨ ਦੇ ਇਲਾਕੇ ਦੇ ਅੰਦਰ ਮੌਜੂਦ ਹੈ ਅਜਾ ਸਤੋਕੂ ਦਰਿਆ ਸਿੰਧ ਦੇ ਬੇਟ ਦੇ ਵਾਸੀਆਂ ਦੇ ਜਿਹੜੇ ਮਸਾਇਲ ਹਨ ਉਹ ਉਹ ਤਕੂ ਦੱਸੇ ਸੂ ਕਿ ਕਿਹੜੇ ਕਿਹੜੇ ਮਸਾਇਲ ਦਾ ਸ਼ਿਕਾਰ ਹਨ बेठ दे इलाके दे लोग दरियाए सिंध मौजा फैजाबाद व जिला रहीम यार खान के इलाके जैसा मौजूद हैं और अच्छ असा इतना कुछ लोगों गुफ्तु भी करेसू उन्होंने को भी जान सूँ कि दरियाए सिंध दे बेठ दे इलाके दे क्या क्या मसायल हैं कि किड़ मसाइल का शिकार हैं तमाम गुफ्तगु करे उन्होंने लोगों के पी पी ਦੂਸਾ 60 ਦੇ ਇਲਾਕੇ ਚ ਅਸੀਂ ਮੌਜੂਦ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੀਆਂ ਸੜਕਾਂ ਦੇ ਕੀ ਮਤਲਬ ਮਸਾਇਲ ਦਾ ਸ਼ਿਕਾਰ ਹਨ ਕਿ ਇੱਥੋਂ ਦੀਆਂ ਸੜਕਾਂ ਬਿਲਕੁਲ ਇਥੇ ਐਵੇਂ ਲੱਗਦਾ ਕਿ ਜਿਵੇਂ ਇਥਾ ਇਨਸਾਨ ਰਹਦੇ ਹੀ ਕਹਿੰਦੇ ਸੜਕਾਂ ਬਿਲਕੁਲ ਬੇਕਾਰ ਹਨ ਔਰ ਅੱਜ ਅਸੀਂ ਇਥੋਂ ਦੇ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਸੂ ਇੱਥੋਂ ਦੇ ਜਿਹੜੇ ਲੋਕ ਹਨ ਉਹਨਾਂ ਨਾਲ ਵੀ ਗੱਲਬਾਤ ਕਰਸੂ ਔਰ ਅਸੀਂ ਤੋਂ ਕੁ ਰਿਖੇਂਦੇ ਪਏ ਕਿ ਇੱਥੋਂ ਦੇ ਕੀ-ਕੀ ਮਸਾਇਲ ਹਨ ਇਹ तमाम ਮਸਾਇਲ ਦੇ ਉਤੇ ਅਸੀਂ ਗੱਲਬਾਤ ਵੀ ਕਰਸੂ ਐਨ 170 ਹਲਕਾ ਪੀਪੀ 260 ਤੇ ਇਲਾਕੇ ਚ ਅਸਾਂ ਮੌਜੂਦ ਹੈ ਅੱਜ ਅਸਾਂ ਗੁਫ਼ਤਗੂ ਵੀ ਕਰਨੇ ਇਥਾਂ ਕੁਝ ਲੋਗਾਂ ਨਾਲ ਉਹਨਾਂ ਤੋਂ ਕੁਲ ਵੀ ਜਾਣਦੇ ਕਿ ਇਥੋਂ ਦੇ ਮਸਾਇਲ ਕੀ ਹਨ ਕਿਹੜੇ ਕਿਹੜੇ ਮਸਾਇਲ ਦਾ ਸ਼ਿਕਾਰ ਹੈਂ ਈ ਦਫਾ ਇਥਾਂ ਪੀਟੀਆਈ ਦੇ ਉਮੀਦਵਾਰ ਜਿਹੜੇ ਕਿ ਆਜ਼ਾਦ ਉਮੀਦਵਾਰ ਹਨ ਉਹ ਜਿਤੇ जी बिसमान रहीम असलम नाजरीन तो सब जोक टी वी वसेब की आवाज़ और मैं तुरा तो अपना मेजबान रिजवान हुसैन नाजरीन ईटा मैं मौजूदा दरियाए सिंध के बेट के इलाके और सरल मलिक इमदाद साहब मौजूद हैं इन्हें गुफ्तु करे इन्होंने को क्योंकि येट के वासी हैं इन्होंने को जानते हैं कि कि मसायल का शिकार ही हो तुम इतना और अगर सिलाब आवेंद कितनी मुश्किलत आती है और बाकी अगर असं बेट की गाल करें इतों के हालात कैसे हैं कि इतना क्योंकि पहले लोग दसेंगे कि धाड़ील चोर डाकू दरियावें के बेटा के या बाकी ਕਿਹੜੇ ਕਿਹੜੇ ਮਸਾਇਲ ਹਨ ਜਿਨ੍ਹਾਂ ਦਾ ਤੁਸੀਂ ਸ਼ਿਕਾਇਤ ਹੈ। ਅਸਲਾਮੁਅਲੈਕੁਮ। ਵਅਲੈਕੁਮ ਸਲਾਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਥਾਂ ਸਾਡੇ ਬੜੇ ਮਸਾਇਲ ਹਨ। ਇਹ ਇਲਾਕਾ ਪਸੇਮਾ ਦਾ ਤਸਵਰ ਕੀਤਾ ਵੰਦੇ ਇਥੋਂ ਦੇ ਐਮਐਨਐਮਪੀ ਮਖਦੂਮ ਵਜ਼ੀਰ ਬਣਦੇ ਨਾ ਕੋਈ ਸੜਕ ਦੇਣ ਨਾ ਸਕੂਲ ਨਾ ਹਸਪਤਾਲ। ਤੁਸਾਂ ਸੜਕ ਦੀ ਹਾਲਤ ਦੇਖ ਗੀ ਦੀਏ। ਅਗਰ ਬਾਰਿਸ਼ ਥੀ ਵਣੇ ਤਾਂ ਇਥਾਂ ਮਰਨ ਵਾਲਾ ਡੂਡੂਡੀ ਘਰ ਪਿਆ ਰਹੰਦੇ। ਕੋਈ ਰਸਤਾ ਕਹਿ ਨਹੀਂ ਹੁੰਦਾ। ਇਹ ਜਿਹੜੀ ਬਿਜਲੀ ਦਿੱਤੀ ਹੈ ਇਕ ਰਹੀਮ ਯਾਰ ਖਾਨ ਦੇ ਸਾਕ ਸਨੀਟਰ ਦਿੱਤੀ ਹੈ। ਮਸਾਲੇ ਨਾਲ ਮਤਰਾ ਹੀ ਮਾਲ ਅਸਲ ਲੋਕ ਕੀਤਾ ਵੇਨੇ

ਪਾਉਂਦੇ ਸਾਡੇ ਬਾਲਿਆਂ ਨੂੰ ਪੜ੍ਹਾਈ ਵਾਸਤੇ ਕੋਈ ਬੁਨਿਆਦੀ ਸਹੂਲਤ ਵੀ ਕਹਿ ਨਹੀਂ 2024 ਦੇ ਇਲੈਕਸ਼ਨ ਦੀ ਗੱਲ ਕਰੀਨੇ ਤੇ ਵੋਟ ਕਿ ਕੁਰੀ ਤੇ ਆਵੇ ਵੋਟ ਅਸਾਂ ਪਾਕਿਸਤਾਨ ਪੀਪਲਸ ਪਾਰਟੀ ਕੁਰੀ ਤਾਂ ਆਈ ਲੇਕਿਨ ਹੁਣ ਜ਼ਬਰਦਸਤੀ ਹਕੂਮਤ ਧਾਂਦਲੀ ਨਾਲ ਨੂਨ ਲਿਖ ਦਿਆ ਗਈ ਹੈ ਅਸਾ ਕੋ ਬੜਾ ਲੇਕਿਨ ਹੁਣ ਵੀ ਤੇ ਹਕੂਮਤ ਵਿੱਚ ਪੀਪਲਸ ਪਾਰਟੀ ਮੌਜੂਦ ਖੜੀ ਹੈ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਔਰ ਸਰਾਇਕੀ ਵਸੇਬ ਦੇ ਜਿਹੜੇ ਲੋਕ ਹਨ ਉਹਨਾਂ ਦੇ ਕੰਮ ਜਾਂ ਉਹਨਾਂ ਦੇ ਮਸਾਇਲ ਹੱਲ ਥੀ ਸਨ ਪੀਪਲਸ ਪਾਰਟੀ ਨਹੀਂ ਖੜੀ ਪੀਪਲਸ ਪਾਰਟੀ ਕੋ ਜ਼ੋਰ ਨਾਲ ਖੜੇ ਆ ਗਏ ਡੰਡਾ ਦਿੱਤਾ ਗਿਆ ਪੀਪਲਸ ਪਾਰਟੀ ਕੋ ਉਹ ਬੜੀ ਹੋਣੀ ਗੁੱਸੇ ਚ ਹੈ ਅੱਛਾ ਲੇਕਿਨ ਜੇ ਹਕੂਮਤ ਬਣਵਈਏ ਉਹਨੇ ਪੀਪਲਸ ਪਾਰਟੀ ਕੋ ਡੰਡਾ ਦਿੱਤੇ ਜੋ ਤੋਕ ਨਾਲ ਖੜਨਾ ਪੰਸੇ ਔਰ ਜਿਵੇਂ ਕਿ ਤੁਸੀਂ ਮੁਤਾਲਬਾਤ ਦੀ ਅਗਰ ਗੱਲ ਕਰੇ ਨੇ ਤਾਂ ਲਾਈਟ ਤੁਹਾਰੇ ਕੋਲ ਮੌਜੂਦ ਹੈ ਰੋੜਾਂ ਦੇ ਸੜਕਾਂ ਦੇ ਇਹ ਇਹਦੇ ਵਾਸਤੇ ਤੁਸੀਂ ਪਹਿਲੇ ਵੀ ਕਈ ਕੋ ਮਤਲਬ ਆਖ ਹੈ ਇਤਾਂ ਬੜੇ ਵਾਅਦੇ ਕਰ ਗਿਆ ਆਪਣਾ ਸਾਬਕ ਸੁਬਾਈ ਵਜ਼ੀਰ ਖਜ਼ਾਨਾ ਮਗਦੂ ਮਾਸ਼ਮ ਜਵਾਬ ਬਖਤ ਹੂੰ ਦੂਤਰਾ ਜਲਸੇ ਕੀਦਨ 10 ਸਾਲ ਹੁੰਦੀ ਹਕੂਮਤ ਰਹੀ ਹੈ ਬੜਾ ਉਹ ਵਾਲ ਕੇ ਮ ਸੜਕਾਂ ਦੇ ਸਕੂਲ ਲੇਕਨ ਉਹ ਹਕੂਮਤ ਚਾਨ ਇਹ ਆਪ ਕੋ ਆਪ ਵਜ਼ੀਰ ਆਜ਼ਮ ਤੇ ਵਜ਼ੀਰ ਆਲਾ ਸਮਝਦੇ ਹਨ ਇਹ ਆਮ ਨੂੰ ਮਿਲ ਦੇ ਨਾ ਕੋਈ ਚੰਦ ਇੱਕ ਬੰਦੇ ਹਨ 15 20 ਜਿਹੜੇ